ਬੱਚਾ ਆਪਣਾ ਤਿਆਰ ਹੁੰਦੇ ਆ ਪੂਲ ਵਾਸਤੇ ਜੀ ਤੁਹਾਨੂੰ ਫਾਈਨਲੀ ਆਪਾਂ ਆਪਣਾ ਪੂਲ ਵਿਖਾਉਂਦੇ ਆ ਬ్రో ਇਟਸ ਰਿਵੈਂਟ ਆ ਲਾਂਦੇ ਆ ਪੂਰਾ ਏ ਚੱਲ ਮਾਰ ਛਾਲ ਮਾਰ ਥੱਲੇ ਤਾਂ ਮੋਡੀਫਾਈਡ ਨਹੀਂ ਕੀਤੀ ਹੁੰਦੀ ਉਹ ਟਰਾਲੀ ਜੀ ਪੱਠੇ ਲੈ ਜਾਈਦੇ ਜਿੰਦਾ ਬਣਾਉਂਦੇ ਨੇ ਰਾਤੀ ਮਗਰਮੱਛ ਓਰੀਜਨਲ ਮੂਹੇ ਸਾਰ ਓਰੀਜਨਲ ਏ ਬੈਗ ਪਸੰਦ ਮੈਕਬੁੱਕ ਵਾਸਤੇ ਆ ਜਾਉ ਨੇ ਅੱਜ ਕਲੱਬ ਚ जी सत श्री अकाल जी सारिआं नूं होर सारे किदां ठीक ठाक हो कल दा व्लॉग तुसीं जिवें कि लास्ट व्लॉग वेख्या आपां होटल दे विच आ गए सां ते होटल विच आ गया हुण आपां सीधा चलिआ स्विमिंग पूल ते आ वेखो बच्चा अपना तैयार होंदे आ पूल वास्ते हाँ पाले नहीं कपड़े पूल वाले ओके ते इक होर अपना वीर भरा आण बण शाण है मंकी ब्रो लो जी रुक जा पूल नहीं विखाना एक मिनट आखो पहला हाडा कमरे का हाल आ शिवे का कमरा है वेखो सारे अही वेखो वखरे कमरे लए ने भी तंगी ना आवे कि क्योंकि अं तीन जने हाँ ते एक जने नू कल्ला रहना पैना फिर अं डिसाइड किया भी वखरा वखरे ले लेने हैं तो देख ले आंखे दी हैं भगवान ने लो जी तुहानू फाइनली आपां अपना पूल विखाने हैं बीच ते भी जावांगे बीच भी विखावांगे लिफ्ट अजाई ते नहीं थले ही अपने मोंक भरा दा ते आ तुहाडे अपने वीर एम ए वीर व्लॉग्स ता एक चीज इन्हां विच साडे दोवां रूम्स दे विच मेन चीज एक कॉमन है ओ या डोर है ब्रो डोर दोवां पासे हाँ इन्हां खास ते कोई नहीं हैगा ठीक ही है मेरे वाले दे विच ते होर भी ज्यादा पिया है तू चलो लैट्स गो ब्रदर्स सो मेरे वाला रूम बाद च विखावांगे कि विखाई दी है हुण चलो बाद च विखावांगे यार लिफ्ट भी आ गई है अपनी एक इन्हां दी लिफ्ट बड़ी फास्ट है आ वैसे अज पता नहीं किवें स्लो है हुणे अही जावांगे तुहानूं विखावांगे वेखिओ बहुत फास्ट लिफ्ट भाई आपके चश्मे ओरिजिनल है या ब्रो इट्स रिवेंट ओके सो ब्रो एयरपोर्ट्स दी याद ते नहीं होंदी ब्रो तुहाडे एवें दे एयरपोर्ट्स आ ना वेखो एवें दे एवें दे कोई नहीं साडे भी आ जाणे ने मार छाल विच बैठा है ओए शिवे की चक्कर है राती बनैन पा के नहाता हूं टी शर्ट पाली हूं कल कितने स्वैटर पाले ओए टी शर्ट का तो पाइया ला के ना बस बस लो फन शन चलन दिया पूरा ए चल मार छाल मार थले चल ए डिग पिया चल ओ मारता धक्का लो जी स्विम वगैरह करके आपा आ गए हाँ क्यों शिवे भ्रो ते हो गए सारे भरा रेडी अपना अपना कह लगा मैं कुछ मुंह निकला लगा ही गोल गोल डिजाइन दिखा रहा है हाँ गोल गोल जड़िया बाकी मेरा कमरा वेखो साफ सफाई वेखो ये कि ज्यादा है हाँ हूँ मैं टैची थोड़ा जहा सामभ है ता करके बाकी आखो इधर का व्यू खाने यदा
ਆ ਵੇਖੋ ਬਾਹਰ ਦਾ ਵਿਊ ਆਪਣਾ ਰੂਮ ਦਾ ਸ਼ਿਵੇ ਤੇਰੇ ਵਾਲੇ ਕਮਰੇ ਨਾਲੋਂ ਥੋੜਾ ਵਧੀਆ ਲੱਗਿਆ ਤੇਰੇ ਵਾਲੇ ਚ ਬਾਲਕਨੀ ਏ ਗਰਮੀ ਬਹੁਤ ਯਾਰ ਇੱਥੇ ਬਹੁਤ ਜ਼ਿਆਦਾ ਗਰਮੀ ਹੈ ਤੇ ਹੁਣ ਬਸ ਅਸੀਂ ਚੱਲੇ ਹਾਂ ਰੋਟੀ ਖਾਣ ਤੇ ਚਲੋ ਫਿਰ ਚਲੀਏ ਬ੍ਰਦਰਸ ਚੱਲ ਉੱਠ ਓਏ ਮੁੰਨੀ ਦਿਆ ਉੱਠ ਚੱਲ ਅਗੇਨ ਆ ਗਏ ਆਪਾਂ ਫਿਰ ਲਿਫਟ ਦੇ ਕੋਲ ਸੋ ਆਪਣਾ ਮਿਕੀ ਮਾਊਸ ਬਰੋ ਹੈਗਾ ਆ ਅੱਗੇ ਅੱਗੇ ਗੁੱਸਾ ਤਾਂ ਨਹੀਂ ਕਰਦਾ ਕਰ ਜਾ ਫਿਰ ਅਤੇ ਆਹ ਤਾਂ ਬਾਈ ਖਤਮ ਖਤਮ ਬਸ ਖਤਮ ਖਤਮ ਲਓ ਜੀ ਹੋਟਲ ਤੋਂ ਆ ਗਏ ਆਪਾਂ ਬਾਹਰ ਸਾਹਮਣੇ ਰੈਸਟੋਰੈਂਟ ਇੱਕ ਮਸਾਲਾ ਚਾਏ ਸ਼ਿਵੇ ਕੀ ਸਮੋਸਾ ਵੀ ਹੈਗਾ ਜੀ ਓਏ ਸਮੋਸਾ ਮੈਗੀ ਸਾਰਾ ਕੁਛ ਇਹ ਲਓ ਜੀ ਵਹਿੰਦੇ ਹਾਂ ਇੱਥੋਂ ਕੀ ਖਾਣਾ ਜੀ ਸ਼ਿਵੇ ਮੈਂ ਤਾਂ ਸਮੋਸਾ ਆਉਂਦਾ ਮੈਂ ਸਮੋਸਾ ਖਾਵਾਂਗਾ ਹਾਂ ਬਰੋ ਤੂੰ ਕੀ ਖਾਏਗਾ ਲਓ ਜੀ ਆਏ ਹਾਂ ਆਪਾਂ ਇੱਥੇ ਵੈਲਕਮ ਟੂ ਦਿੱਲੀ 32 ਔਡਰ ਦੇ ਦਿੱਤਾ ਆਪਾਂ ਸਬਜ਼ੀ ਸੁਬਜ਼ੀ ਦਾ ਨੋਨ ਵੈਜ ਖਾਣ ਦਾ ਮੈਂ ਆਪਣਾ ਕੋਈ ਮੂਡ ਨਹੀਂ ਹੈਗਾ ਕਿਉਂਕਿ ਆ ਦੋਵੇਂ ਭਰਾ ਹੀ ਸ਼ਾਕਾਹਾਰੀ ਕੀ ਆਉਂਦੇ ਹੋ ਤੁਸੀਂ ਸ਼ਾਕਾਹਾਰੀ ਨਾ ਇਹ ਸ਼ਾਕਾਹਾਰੀ ਨੇ ਮਾਸਾਹਾਰੀ ਬਣਨ ਦੇ ਵਿੱਚ ਇਹਨਾਂ ਨੂੰ ਥੋੜ੍ਹਾ ਜਿਹਾ ਸਮੇਂ ਲੱਗ ਸਕਦਾ ਹਾਂ ਕੋਈ ਨਹੀਂ ਬਣਾਵਾਂਗੇ ਬਾਕੀ ਦੱਸਦੇ ਹਾਂ ਤੁਹਾਨੂੰ ਇੱਥੋਂ ਦਾ ਟਰਾਈ ਕਰਕੇ ਖਾਣ ਪੀਣ ਦਾ ਕਿਵੇਂ ਦਾ ਕੱਲ੍ਹ ਰਾਤੀ ਅਸੀਂ ਜਿੱਥੋਂ ਰੋਟੀ ਖਾਧੀ ਸੀ ਉਹ ਤਾਂ ਗੱਲਬਾਤ ਨਹੀਂ ਸੀ ਸ਼ਿਵੇ ਹੈ ਬਰੋ ਬੇਕਾਰ ਸੀ ਬੇਕਾਰ ਸੀ ਕੋਈ ਮਜ਼ਾ ਜਿਹਾ ਨਹੀਂ ਆਇਆ ਬਾਕੀ ਇੱਥੇ ਆਉਣਾ ਹਾਂ ਇੰਡੀਆ ਵਰਗੀ ਮੌਜ ਤਾਂ ਯਾਰ ਕਿਤੇ ਵੀ ਨਹੀਂ ਹੈਗੀ ਇੱਥੇ ਆਪਾਂ ਰਹਿ ਸਕਦੇ ਹਾਂ ਕੋਈ ਜ਼ਿਆਦਾ ਮਹੀਨਾ ਰਹਿ ਲਾਂਗੇ ਪਰ ਬੋਰ ਹੋ ਜਾਵਾਂਗੇ ਇੱਥੇ ਵੀ ਰਹਿ ਗਏ ਹੋ ਗਿਆ ਬੋਰ ਮੈਂ ਤਾਂ ਨਹੀਂ ਹੋਇਆ ਹਾਂ ਨਾਈਟ ਲਾਈਫ ਅੱਛੀ ਕਲੱਬ ਕਲੁੱਬ ਵਧੀਆ ਨੇ ਪੈਸੇ ਖਰਚੋ ਚਲੋ ਕੋਈ ਨੀ ਆਪਾਂ ਸਪਰਾਈਟ ਦਾ ਕੈਨ ਮੰਗਾਇਆ ਇੱਕ ਆ ਵੀ ਆ ਗਿਆ ਲੋ ਜੀ ਸਬਜ਼ੀ ਤੇ ਰੋਟੀ ਆਪਣੀ ਆ ਗਈ ਹੈ ਸੋ ਬਰੋ ਛੱਡ ਦਿਓ ਫੋਨ ਥੋੜੀ ਦੇਰ ਹੁਣ ਤੂੰ ਹੀ ਭਰਾ ਖਾਸ ਕਰ ਛੱਡ ਦੇ ਹੁਣ ਅਤੇ ਹੁਣ ਖਾਈਏ ਅਤੇ ਵੀ ਦੱਸੀਏ ਕਿਵੇਂ ਦਾ ਟੇਸਟ ਹੈ ਲਓ ਜੀ ਲੰਚ ਆਪਾਂ ਕਰ ਲਿਆ ਡਨ ਅਤੇ ਕਾਰਡ ਵੀ ਲੈ ਲਿਆ ਅੱਗੋਂ ਤੋਂ ਇਹਨਾਂ ਦਾ ਸੋ ਇਹਦੇ 'ਤੇ ਹੀ ਹੁਣ ਅੱਗੇ ਤੋਂ ਔਡਰ ਕਰਾਂ ਕਰਾਂਗੇ ਰੂਮ 'ਚ ਹੀ ਦੇ ਜਾਵਾਂਗੇ ਬਾਕੀ ਰੋਟੀ ਰਾਟੀ ਇਹਨਾਂ ਦੀ ਵਧੀਆ ਸੀ ਬਹੁਤ ਵਧੀਆ ਸੀ ਘੈਂਟ ਸੀ ਸਬਜ਼ੀ ਵਧੀਆ ਸੀ ਆਹ ਵੇਖੋ ਆਈ ਨੇ ਤਾਂ ਕੁਝ ਖਾਧਾ ਹੀ ਨਹੀਂ ਓਏ ਤੂੰ ਵੀ ਖਾ ਲਾ ਕੁਛ ਸਾਰੀ ਪਲੇਟ ਉਹਨਾਂ ਦੀ ਉਵੇਂ ਪਈ ਹੈ ਉਹ ਵੀ ਵਿੱਚ ਵੀ ਪਈ ਹੈ ਹੁਣ ਜਾਣਾ ਹੈ ਮੋਲ ਵੱਲ ਵਹਿੰਦੇ ਹਾਂ ਅੱਗੇ ਮੋਲ 'ਚ ਜਾਂਦੇ ਹਾਂ ਅਤੇ ਉੱਥੇ ਵਿਖਾਉਂਦੇ ਹਾਂ ਤੁਹਾਨੂੰ ਕਿਵੇਂ ਦਾ ਮੋਲ ਇੱਥੋਂ ਦਾ ਲਓ ਜੀ ਬਹਿ ਗਏ ਆਪਾਂ ਇੱਥੋਂ ਦੀ ਟੁੱਕ ਟੁੱਕ 'ਚ ਕੀ ਨਾਂ ਹੈ ਸ਼ਿਵੇ ਦਾ ਟੁੱਕ ਟੁੱਕ ਹੀ ਹੈ ਨਾ ਹਾਂ ਵੇਖੋ ਉਹ ਪਿੱਛੋਂ ਜਿਵੇਂ ਆਪਣੇ ਉੱਥੇ ਮੋਡੀਫਾਈ ਨਹੀਂ ਕੀਤੀ ਹੁੰਦੀ ਉਹ ਟਰਾਲੀ 'ਚ ਪੱਠੇ ਲਿਆਈ ਦੇਣੇ ਉਵੇਂ ਦੀ ਇਹਨਾਂ ਕੀਤੀ ਹੈ ਵੇਖੋ ਇੱਥੇ ਇੱਕ ਚੀਜ਼ ਇੱਥੇ ਵੇਖੋ ਤਾਰਾਂ ਕਿੰਨੀਆਂ ਨੇ ਖੰਭੇ ਦੇ ਜੇ ਇੱਕ ਤਾਰ ਸੜ ਜਾਏ ਸ਼ਿਵੇ ਇਹਨਾਂ 'ਚੋਂ ਪਟਾਕਾ ਕਿੰਨਾ ਗੰਦਾ ਪਵੇ ਬਾਈ ਜਿੰਨੀਆਂ ਕੋਈ ਤਾਰਾਂ ਨੇ ਇੱਥੇ ਆਇਆ ਕਿੰਨੇ ਗੁੱਛੇ ਲਮਕੇ ਨੇ ਤਾਰਾਂ ਦੇ ਕਿਵੇਂ ਬਹੁਤ ਤਾਰਾਂ ਨੇ ਬਾਈ ਕਿੰਨਾ ਕੁ ਰਹਿ ਗਈ ਮੋਲ ਆਪਣਾ ਲਓ ਜੀ ਉੱਤਰ ਗਏ ਆਪਾਂ ਟੁੱਕ ਟੁੱਕ ਤੋਂ ਅਤੇ ਆ ਗਏ ਹਾਂ ਮੋਲ ਦੇ ਵਿੱਚ ਮੋਲ ਦੇ ਸੋਰੀ ਬਾਹਰ ਕਿਉਂ ਚੱਲਿਆ ਅੰਦਰ ਪਹਿਨੇ ਹਾਂ ਕਿਹੋ ਜਿਹਾ ਮੋਲ ਉਹ ਸ਼ਿਵੇ ਇੱਥੇ ਜਿੰਦਾ ਬਣਾਉਂਦੇ ਨੇ ਰਾਤੀ ਮਗਰਮੱਛ ਉਹ ਪਹਿਲਾਂ ਆਇਆ ਸੀ ਸ਼ਿਵਾ ਵੇਖ ਕੇ ਗਿਆ ਅਤੇ ਆਹ ਵੀ ਜਿੰਦੇ ਦਾ ਮੂੰਹ ਹੈ ਵਿੱਚ ਓਰੀਜਨਲ ਏ ਪੀੜ ਹੁੰਦੀ ਹੋਣੀ ਵਿਚਾਰੇ ਨੂੰ ਹੈ ਨਾ ਜਾਂ ਤੇਰੀ ਵੀ ਧੋਣ ਲਾ ਕੇ ਇੱਥੇ ਰੱਖ ਦਈਏ ਚੱਲ ਆ ਮੋਲ ਦੇ ਅੰਦਰ ਚਲੀਏ ਬਾਹਰ ਸਾਰੀ ਸਟਰੀਟ ਵਾਲੀ ਮਾਰਕੀਟ ਹੈ ਲਓ ਜੀ ਆ ਗਏ ਆਪਾਂ ਮੋਲ ਦੇ ਅੰਦਰ ਫਾਈਨਲੀ ਮੈਂ ਕਿਤੇ ਤੂੰ ਬਾਹਰ ਹੀ ਰਹਿ ਗਿਆ ਆਈ ਸੋਚਿਆ ਤੂੰ ਆਉਣਾ ਹੀ ਨਹੀਂ ਠੀਕ ਤੂੰ ਲੱਗ ਰਿਹਾ ਸੋਹਣਾ ਲੱਗਣ ਦਿਆ ਕੱਛਾ ਜਿਹਾ ਪਾ ਕੇ ਨਿਕਾ ਗਿਆ ਸ਼ਿਵੇ ਕੀ ਲੈਣੀ ਦੱਸ ਪਹਿਲਾਂ ਤੈਨੂੰ ਦੁਬਈ ਮੈਂ ਸੋਨੇ ਦੀ ਚੈਨ ਗਿਫਟ ਕੀਤੀ ਸੀ ਨਾ ਛੋਟੀਆਂ ਮੋਟੀਆਂ ਗੱਲਾਂ ਨਾ ਕਰਿਆ ਕਰ ਬੈਂਕੋਕ ਆ ਕਿਆ ਕਿੱਥੇ ਆਏ ਆਪਾਂ ਤਾਰੀ ਆ ਕੀ ਨਾਂ ਇਹਦਾ ਬੈਂਕੋਕ ਆ ਪਤਾਇਆ ਲੈਣ ਦੀ ਗੱਲ ਕਰਿਆ ਕਰ ਸਾਰਾ ਛੋਟੀਆਂ ਮੋਟੀਆਂ ਗੱਲਾਂ ਨਾ ਕਰਿਆ ਕਰ ਸਾਡੇ ਅੱਗੇ
ਆ ਵੇਖੋ ਮਾਲ ਦੇ ਵਿੱਚੋਂ ਬੀਚ ਦਾ ਸਾਰਾ ਵਿਊ ਬਹੁਤ ਘੈਂਟ ਉਹ ਆਇਆ ਹੀ ਨਹੀਂ ਉੱਧਰੋਂ ਉਹ ਕਰਾਂਗੇ ਸ਼ਿਵੇ ਪੈਰਾਗਲਾਈਡਿੰਗ ਲਓ ਜੀ ਆਪਾਂ ਐਪਲ ਸਟੋਰ 'ਤੇ ਆਏ ਹਾਂ ਅਤੇ ਇੱਥੋਂ ਸਾਨੂੰ ਇੱਕ ਆ ਗਿਆ ਬੈਗ ਪਸੰਦ ਮੈਕਬੁੱਕ ਵਾਸਤੇ ਕਿੰਨੇ ਦਾ 2090 ਬਾਟ ਕੋਈ ਚੱਕਰ ਨਹੀਂ ਹੈ ਨਾ ਇੰਨੇ ਕੁ ਤਾਂ ਹੀ ਹੈ ਅਤੇ ਹੁਣ ਆਹ ਲੈਣ ਲੱਗੇ ਆਪਾਂ ਲਫਰਾਨ ਦੇ ਤਾ ਕਾਰਡ ਸਟੋਰ 'ਤੇ ਸਾਰਾ ਕੁਛ ਅਵੇਲੇਬਲ ਹੈ ਇੱਥੇ ਇੰਡੀਆ ਨਾਲੋਂ ਹੈ ਵੀ ਸਸਤਾ ਟੁਕ ਟੁਕ ਲੈ ਲਿਆ ਆਪਾਂ ਫਿਰ ਆਹ ਵੇਖੋ ਇੱਧਰ ਬੀਚ ਬੀਚ ਦਾ ਸਾਰਾ ਵਿਊ ਸਾਬੇ ਦੀ ਭੂਆ ਆਈ ਹੈ ਬਲਾਨਾ ਸਾਬੇ ਦੀ ਭੂਆ ਆ ਗਈ ਹੈ ਸਾਬੇ ਦੀ ਆਹ ਇੱਕ ਬੀਚ ਦਾ ਵੇਖੋ ਵਿਊ ਆਹ ਵੇਖੋ ਥਾਈਲੈਂਡ ਦੀ ਟੁਕ ਟੁਕ ਆਈ ਹੈ ਨਾ ਟੁਕ ਟੁਕ ਪਤਾਇਆ ਦੀ ਥਾਈਲੈਂਡ ਦੀ ਲਓ ਜੀ ਆਪਾਂ ਚੱਲੇ ਆ 7-11 ਸਟੋਰ 'ਤੇ ਕੋਈ ਖਾਣ ਪੀਣ ਨੂੰ ਲੈ ਆਈਏ ਰਾਤ ਲਈ ਉਦੋਂ ਪਹਿਲਾਂ ਤੁਹਾਨੂੰ ਵੀ ਲਾਸਟ ਕਲਿੱਪ 'ਚ ਆਇਆ ਸੀ ਉੱਧਰ ਗਏ ਹਾਂ ਮੋਲ ਦੇ ਵਿੱਚ ਮੋਲ ਦਾ ਸਿੱਧਾ ਅਸੀਂ ਘਰ ਹੀ ਆ ਗਏ ਹਾਂ ਫਿਰ ਕਿਤੇ ਗਏ ਹੀ ਨਹੀਂ ਅਸੀਂ ਨਾ ਅੱਗੇ ਦਾ ਕੋਈ ਵਲੋਗ ਸ਼ੂਟ ਕਰ ਸਕੇ ਅਤੇ ਹੁਣ ਚੱਲੇ ਹਾਂ 7-11 ਦੇ ਕੁਝ ਖਾਣ ਪੀਣ ਲਈ ਲਿਆਉਣ ਸ਼ਿਵਾ ਆਪਣਾ ਬੇਲੀ ਸੁੱਤਾ ਹੈ ਅਤੇ ਮੋਕ ਭਰਾ ਮੇਰੇ ਨਾਲ ਹੈ ਹੁਣ ਚੱਲੀਏ ਬਰੋ ਕਿੰਨਾ ਕੁ ਦੂਰ ਹੈ ਨੇੜੀ ਹੈ ਨਾ ਮੇਰੇ ਹਿਸਾਬ ਹਾਂ ਹਾਂ ਬਸ ਇੰਨਾ ਹੀ ਕੀ ਹੈ ਚਲੋ ਜਾ ਕੇ ਤੁਹਾਨੂੰ ਵਿਖਾਉਂਦੇ ਹਾਂ 7-11 'ਤੇ ਵੀ ਕੀ ਮਿਲਦਾ ਇੱਥੇ ਲਓ ਜੀ ਆ ਗਏ ਆਪਾਂ 7-11 'ਤੇ ਇੱਧਰ ਚੋਕਲੇਟਸ ਵਗੈਰਾ ਆ ਰਹੀਆਂ ਨੇ ਇੱਧਰ ਦੂਜਾ ਸਮਾਨ ਫਰਿੱਜ ਕੋਲਡ ਡਰਿੰਕ ਵਗੈਰਾ ਲਈ ਕੈਨਸ ਕੈਨ ਲੈ ਲਾ ਹਾਂ ਬਾਹਰ ਨਾਲੋਂ ਸਸਤਾ ਇਹਦੇ 'ਤੇ ਹੈ ਨਾ ਆਪਾਂ ਬਾਹਰ ਖਾਂਦੇ ਪੀਂਦੇ ਹਾਂ ਨਾ ਉੱਥੇ ਇੱਥੇ ਵੇ ਆ 16 ਵਾਟ ਦਾ ਉੱਥੇ 30 ਵਾਟ ਦਾ ਹੀ ਆ ਯਾਨੀ ਕਿ 32-40 ਰੁਪਏ ਦਾ ਹੋ ਗਿਆ ਇੰਡੀਆ ਦੇ ਹਿਸਾਬ ਨਾਲ ਚਲੋ ਇੰਡੀਆ ਹਿਸਾਬ ਨਾਲ ਕੀ ਵੇਖਣਾ ਬਾਕੀ ਵਧੀਆ ਹੈ ਹੋਰ ਵੇਖ ਮੈਂ ਨਾ ਪੈਪਸੀ ਦਾ ਲੈ ਲਾ ਕੈਨ ਮੀਆਂ ਸ਼ੇਰ ਤੋਂ ਆਪਾਂ ਪੀ ਲੈਣੇ ਇੱਕ ਨਾ ਸੋ ਵੀ ਬੰਦੇ ਆਪਾਂ ਦਾ ਰਾਈਟ ਬ్రో ਏ ਯਾਰ ਲਿਖੀ ਵੀ ਦੂਜੀ ਲੈਂਗੁਏਜ ਸਕੀਮ ਪਤਾ ਨਹੀਂ ਹੁਣ ਲੋ ਸਮਾਨ ਲੈ ਲਿਆ ਆਪਾਂ 7-11 ਤੋਂ ਦੋ ਆਪਾਂ ਆਈਸਕ੍ਰੀਮ ਲਈਆਂ ਨੇ ਹੁਣ ਖਾਣ ਲਈ ਬਾਕੀ ਦੋ ਦੇ ਲਏ ਨੇ ਅਤੇ ਦੋ ਪੈਪਸੀ ਦੀਆਂ ਬੋਤਲਾਂ ਲਈਆਂ ਨੇ ਤੁਹਾਨੂੰ ਲੈ ਕੇ ਬਾਅਦ ਚੱਲੇ ਹਾਂ ਵਾਪਸ ਬਾਕੀ ਆ ਜਾਊ ਨੇ ਅੱਜ ਕਲੱਬ 'ਚ ਜਾਊ ਉਹ ਆਪਣਾ ਕੋਈ ਮੂਡ ਹੈ ਨਹੀਂ ਮੇਰਾ ਜੇ ਗਿਆ ਤਾਂ ਤੁਹਾਨੂੰ ਅੱਗੇ ਵਿਖਾਵਾਂਗੇ ਕਲੱਬ ਦੀ ਵੀਡੀਓ ਕਿਵੇਂ ਦੇ ਨੇ ਥਾਈਲੈਂਡ ਦੇ ਕਲੱਬ